ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਬੇਸਿਕਲੀ ਆਪਣਾ ਪੰਚਕੁਲੇ ਤੋਂ ਬਿਲੋਂਗ ਕਰਦਾ ਅਤੇ ਮੈਂ ਇੱਥੇ 2 ਕੁ ਮਹੀਨੇ ਪਹਿਲਾਂ ਐਡਮਿਸ਼ਨ ਲਈ ਸੀਗੀ ਅਤੇ ਮੈਨੂੰ ਡਰ ਸੀ ਕਿ ਬੰਨੀ ਸਮਝ ਆਊਗਾ ਬੰਨੀ ਨਹੀਂ ਆਊਗਾ, ਪਰ ਮੈਂ ਪਹਿਲੇ ਦਿਨ ਮੇਰੀ ਪ੍ਰਕਾਸ਼ ਸਰ ਨੇ ਡੈਮੋ ਕਲਾਸ ਦਿੱਤੀ ਤਾਂ ਪ੍ਰਕਾਸ਼ ਸਰ ਦੇ ਟ੍ਰਿਕਸ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਹਾਂ ਤੂੰ ਵੀ ਕਿਤੇ ਖੜ੍ਹ ਸਕਦਾ ਹੈ, ਪੇਪਰ ਦੇ ਸਕਦਾ ਹੈ ਤੂੰ, ਤਾਂ ਮੈਨੂੰ ਬੜਾ ਹੌਸਲਾ ਹੋਇਆ ਪ੍ਰਕਾਸ਼ ਸਰ ਦੇ ਟ੍ਰਿਕਸ ਨਾਲ। ਤਾਂ ਮੈਂ ਇੱਥੇ ਆਪਣੀ ਫੀਸ ਭਰੀ ਅਤੇ ਮੈਂ ਕਲਾਸਾਂ ਸ਼ੁਰੂ ਕੀਤੀਆਂ ਅਤੇ ਉਹ ਤੋਂ ਬਾਅਦ ਮਨੀ ਮੈਮ ਨੇ ਪੜ੍ਹਾਉਣਾ ਸ਼ੁਰੂ ਕੀਤਾ। ਮਨੀ ਮੈਮ ਨੇ ਮੈਨੂੰ ਬਹੁਤ ਹੌਸਲਾ ਦਿੱਤਾ, ਉਹਨਾਂ ਦਾ ਪੜ੍ਹਾਉਣਾ ਬਹੁਤ ਵਧੀਆ ਲੱਗਿਆ ਮੈਨੂੰ ਅਤੇ ਹੌਲੀ ਹੌਲੀ ਮੈਨੂੰ ਆਪਣਾ ਹੌਸਲਾ ਮੇਰਾ ਵੱਧਦਾ ਗਿਆ ਅਤੇ ਮੈਂ ਇੱਥੇ ਕਲਾਸਾਂ ਲਾਉਣ ਲੱਗ ਗਿਆ। ਅਤੇ ਮੈਂ ਸਾਰਿਆਂ ਨੂੰ ਇਹ ਸੁਜੈਸਟ ਕਰਾਂਗਾ ਕਿ ਜਿਹਨੇ ਵੀ ਆਪਣਾ ਕਿਸੇ ਸਰਕਾਰੀ ਨੌਕਰੀ ਲਈ ਕੋਈ ਵੀ ਪ੍ਰੀਪੇਰੇਸ਼ਨ ਕਰਨੀ ਹੈ ਤਾਂ ਇੱਥੇ ਇੱਕ ਵਾਰੀ ਜ਼ਰੂਰ ਡੈਮੋ ਕਲਾਸ ਲਵੇ। ਇਹ ਥੈਂਕ ਯੂ।